ਪਹਿਲਾਂ ਡਿਲੀਵਰੀ ਬੁਆਏ ਦੇ ਮਾਰਿਆ ਥੱਪੜ, ਜਦੋਂ ਕਿਹਾ ਮਾਫੀ ਮੰਗਣ ਨੂੰ ਤਾਂ ਹੱਥ ਦੇ ਆਰ ਪਾਰ ਕੀਤਾ ਚਾਕੂ, ਘਰ ਦੀ ਬੈੱਲ ਵਜਾਉਣ ਨੂੰ ਲੈ ਕੇ ਹੋਇਆ ਮਾਮਲਾ। ਦੱਸ ਦਈਏ ਕਿ ਇੱਕ ਸ਼ਖਸ ਦੇ ਵੱਲੋਂ ਇੱਕ ਡਿਲੀਵਰੀ ਬੁਆਏ ਦੇ ਹੱਥ ਦੇ ਆਰ ਪਾਰ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਤਾਂ ਮੌਕੇ ਤੇ ਕਾਫੀ ਲੋਕ ਵੀ ਇਕੱਠੇ ਹੋ ਜਾਂਦੇ ਨੇ। ਤਾਂ ਪੂਰਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਡਿਲੀਵਰੀ ਬੁਆਏ ਦੇ ਵੱਲੋਂ ਘਰ ਦੀ ਬੈੱਲ ਵਜਾਈ ਗਈ। ਤਾਂ ਪਹਿਲੀ ਮੰਜ਼ਿਲ ਤੇ ਰਹਿੰਦੇ ਕਿਰਾਏਦਾਰ ਨੇ ਹੇਠਾਂ ਆ ਕੇ ਇਸ ਨੌਜਵਾਨ ਦੇ ਥੱਪੜ ਮਾਰਿਆ। ਤਾਂ ਇਹ ਨੌਜਵਾਨ ਆਪਣੇ ਭਰਾ ਨੂੰ ਲੈ ਕੇ ਉਸ ਘਰ ਦੇ ਵਿੱਚ ਆ ਜਾਂਦਾ। ਤਾਂ ਹੇਠਾਂ ਰਹਿੰਦੇ ਮਾਲਕ ਨੇ ਕਿਹਾ ਕਿ ਉਹ ਮੁਆਫੀ ਮੰਗ ਲਵੇਗਾ। ਤਾਂ ਜਦ ਇਹ ਉੱਪਰ ਜਾਂਦੇ ਨੇ ਤਾਂ ਮਾਫੀ ਮੰਗਣ ਦੀ ਬਜਾਏ ਉਹ ਸ਼ਖਸ ਪਹਿਲਾਂ ਤਾਂ ਇਹਨਾਂ ਨੂੰ ਗਾਲਾਂ ਕੱਢਦਾ ਹੈ, ਤੇ ਫਿਰ ਗੁੱਸੇ ਦੇ ਵਿੱਚ ਆ ਕੇ ਚਾਕੂ ਇਸ ਨੌਜਵਾਨ ਦੇ ਹੱਥ ਦੇ ਆਰ ਪਾਰ ਕੱਢ ਦਿੰਦਾ, ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਜਾਂਦਾ। ਇਸ ਸੰਬੰਧੀ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਸਨੇ ਮੇਰੇ ਢਿੱਡ ਤੇ ਹਮਲਾ ਕੀਤਾ ਸੀ, ਪਰ ਮੈਂ ਹੱਥ ਅੱਗੇ ਕਰ ਲਿਆ, ਜਿਸ ਕਰਕੇ ਮੇਰੀ ਜਾਨ ਬਚ ਗਈ। ਤਾਂ ਮੌਕੇ ਤੇ ਪੁਲਿਸ ਵੀ ਆ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਇਸ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਡਿਲੀਵਰੀ ਬੁਆਏ ਸੀ ਘਰ ਦੀ, ਇਸ ਦੇ ਵੱਲੋਂ ਬੈੱਲ ਵਜਾਈ ਗਈ। ਤਾਂ ਮੌਕੇ ਤੋਂ ਪਹਿਲੀ ਮੰਜ਼ਿਲ ਤੋਂ ਇਹ ਕਿਰਾਏਦਾਰ ਹੇਠਾਂ ਉਤਰਦਾ ਤੇ ਇਸ ਦੇ ਵੱਲੋਂ ਪਹਿਲਾਂ ਥੱਪੜ ਮਾਰਿਆ ਗਿਆ। ਤਾਂ ਫਿਰ ਇਹ ਨੌਜਵਾਨ ਜਦ ਆਪਣੇ ਭਰਾ ਨੂੰ ਲੈ ਕੇ ਆਇਆ ਤਾਂ ਮੌਕੇ ਤੇ ਮੌਜੂਦ ਮਾਲਕ ਨੇ ਕਿਹਾ ਕਿ ਉਹ ਆਪਣੀ ਗਲਤੀ ਦੀ ਮਾਫੀ ਮੰਗੇਗਾ। ਤਾਂ ਉੱਪਰ ਜਾ ਕੇ ਜਦ ਉਸ ਤੋਂ ਮਾਫੀ ਮੰਗਣ ਨੂੰ ਕਿਹਾ ਗਿਆ ਤਾਂ ਇਸ ਦੀ ਬਜਾਏ ਉਸਨੇ ਇਸ ਨੌਜਵਾਨ ਤੇ ਹਮਲਾ ਕੀਤਾ ਤੇ ਹੱਥ ਦੇ ਆਰ ਪਾਰ ਚਾਕੂ ਮਾਰ ਦਿੱਤਾ। ਥੱਪੜ ਮਾਰਤਾ ਇਹ ਫਿਰ ਦੋ ਤਿੰਨ ਜਣੇ ਇਕੱਠੇ ਹੋ ਗਏ ਡਿਲੀਵਰੀ ਬੁਆਏ। ਇਹ ਅੰਕਲ ਕਹਿਣ ਲੱਗ ਗਿਆ ਵੀ ਚਲ ਮਾਫੀ ਮੰਗ ਲੈਂਦਾ, ਵੀ ਮਾਫੀ ਮੰਗਣ ਚਲੇ ਗਏ ਉੱਪਰ। ਇਹਨਾਂ ਨੂੰ ਤਾਂ ਇਹ ਸੀ ਵੀ ਮੁੰਡੇ ਨੂੰ ਜਿਹੜੇ ਚਾਕੂ ਵੱਜਾ ਮੁੰਡੇ ਨੂੰ ਤਾਂ ਇਹ ਸੀ ਮਾਫੀ ਮੰਗੇ। ਉਹਨੇ ਅੰਦਰੋਂ ਕੱਢ ਕੇ ਕਿਰਚ ਚਾਰ ਪਾਰ ਕੱਢ ਮੁੰਡੇ ਦੇ, ਹਾਂ ਇੱਥੇ ਅਸੀਂ ਥੱਲੇ ਖੜੇ ਸੀ, ਫਿਰ ਰੋਲਾ ਪੈ ਗਿਆ ਉੱਪਰ, ਚਾਕੂ ਮਾਰਤਾ ਮਾਰਤਾ ਫਿਰ ਉਹਨੂੰ ਥੱਲੇ ਲਿਆਂਦਾ ਮੁੰਡੇ ਨੂੰ, ਥੱਲੇ ਆ ਜਾ। ਆਹ ਕਹਾਣੀ ਹੋਈ ਉਦੋਂ ਦਾ, ਇਹ ਰੋਲਾ ਜਿਹੜਾ ਬੰਦਾ ਸੀ ਜਿਹਨੇ ਮਾਰਿਆ ਚਾਕੂ, ਕਿੱਥੇ ਉਹ ਕਿਰਾਏਦਾਰ ਉੱਪਰ ਹੈ ਜੀ ਕਮਰੇ 'ਚ। ਕੀ ਨਾਮ ਆਪਣਾ, ਕੀ ਗੱਲ ਕੀ ਹੋਈ ਆ? ਬਸ ਆਹੀ ਸਰ, ਉਹਨੇ ਚਾਕੂ ਮਾਰੇ ਮੁੰਡੇ ਨੇ, ਉੱਥੇ ਗਏ ਅੰਕਲ ਨੇ ਜਿਹੜੇ ਮਕਾਨ ਵਾਲੇ, ਉਹਨਾਂ ਕਿਹਾ ਕਿ ਉਹ ਸੌਰੀ ਫੀਲ ਕਰਦਾ, ਪਰ ਉਹਨੇ ਸੌਰੀ ਫੀਲ ਕਰਨ ਦੀ ਵਜ੍ਹਾ ਚਾਕੂ ਮਾਰਤਾ। ਉਹਨਾਂ ਦੇ ਕਹਿਣ ਤੇ ਗਏ ਆਪਾਂ, ਕੋਈ ਕੀ ਗੱਲ ਕਿਸ ਦਾ ਝਗੜਾ ਕਿਸ ਚੀਜ਼ ਦਾ ਹੋਇਆ? ਹਾਂਜੀ ਝਗੜਾ ਕੋਈ ਨਹੀਂ, ਡਿਲੀਵਰੀ ਬੁਆਏ ਜੀ ਸਰ ਬੈੱਲ ਪਿੱਛੇ ਹੋਏ, ਬੈੱਲ ਪਿੱਛੇ ਮੁੰਡਾ ਇੱਕ ਆਹੀ, ਉਹਨੇ ਬੈੱਲ ਮਾਰੀ, ਉਹਦੇ ਕਰਕੇ ਅਸੀਂ ਆਏ ਆ। ਮੁੰਡੇ ਬੈੱਲ ਮਾਰੀ ਪਹਿਲਾਂ ਇਹਨੂੰ ਕੁੱਟਿਆ, ਗਾਲਾਂ ਗੱਡੀ ਮਾਇਆ ਭੈਣੇ ਪਹਿਲਾਂ ਮੈਨੂੰ ਮਾਰਿਆ ਜੀ, ਮਾਂ ਭੈਣ ਦੀ ਗਾਲਾਂ ਗੱਡੀ ਨਾਲ ਮਾਰਿਆ, ਫਿਰ ਅਸੀਂ ਆਏ ਆ। ਆਰਡਰ ਦੇਣ ਆਏ ਅੰਕਲ ਕਹਿੰਦੇ ਚਲੋ ਤੁਹਾਡੇ ਤੋਂ ਸੌਰੀ ਬੋਲ ਰਹੇ, ਤੁਹਾਨੂੰ ਬੁਰਜਮ ਕੱਢਣਾ ਆਲੂ ਜੀ ਕੱਢ ਜਮੀਨ ਨੂੰ ਬਸ।